السلام علیکم. وعلیکم السلام. نصر ایاب ملک عارف ਮਾ ਠੀਕੋ? ਅਲਹਮਦੁਲਿਲਾ. ਕੁਝ ਰੇੜੇ ਵੀਡੀਓ ਦਾ ਨਾਗਾ ਰਹੇ ਕਿਉਂਕਿ ਉਹ ਚਾਚੇ ਇਮਰਾਨ ਤੇ ਚਾਚੇ ਨਿਵਾਜ਼ ਦਾ ਆਪਸ ਦੀ ਕੋਈ ਮਸਲਾ ਮਸਾਇਲ ਆਈ ਨਾ ਤੇ ਉਹ ਚਾਚੇ ਹੋਰਾਂ ਦੀ ਵਜ੍ਹਾ ਤੋਂ ਨਾ ਕੁਝ ਦਿਨ ਲੇਟ ਹੋਇਆ ਤੇ ਕੱਲ ਤੇ ਅੱਜ ਵੱਧ ਨਾ ਕਸਰ ਕੱਢੀ ਸੀ ਛੋੜਾ ਸੀ ਮਾਲ ਕੁਝ ਇਹ ਹੁਣ ਥੋਕੂ ਜ਼ਰਾ ਇੱਕ ਆਨਲਾਈਨ ਦਿਖਾਉਣੇ ਪਏ ਇਵੇਂ ਸਮਝੋ ਕਿ ਰਾਤ ਨੂੰ ਵੀਡੀਓ ਥੋਕੂ ਮਿਲਵੈਣੀ ਹੈ ਦਿਸਵੈਣੀ ਹੈ ਇਹ ਪੋਜੀਸ਼ਨ ਹੈ ਜਨਾਬ ਮਾਸ਼ਾਅੱਲਾ ਨਾ ਸਰ ਕੀ ਮਜ਼ਾ ਆਏ ਹਾਂ ਅਲਹਮਦੁਲਿਲਾ ਬੜੀ ਸੋਹਣੀ ਗੱਡੀ ਬਣ ਰਹੀ ਹੈ ਮੁਹੰਮਦ ਭਾਈ ਦੀ ਸਹੀ ਹੈ ਤੇ ਮੈਂ ਉਹਨਾਂ ਦੇ ਨਾਲ ਵਾਦਾ ਵੀ ਆਈ ਵਾ ਮੈਂ ਚੱਕਰ ਲਾ ਸਾਂ ਬੜੀ ਗੱਲ ਅੱਗੋਂ ਅਚਾਨਕ ਗੱਡੀ ਆਉਣ ਵਾਲਾ ਬਣ ਗਿਆ ਤੇ ਦੋਏ ਕੰਮ ਹੋ ਗਏ ਕੀ ਬਾਤ ਹੈ ਕੀ ਬਾਤ ਤੇ ਅਲਹਮਦੁਲਿਲਾ ਬੜੀ ਪਿਆਰੀ ਗੱਡੀ ਬਣ ਰਹੀ ਹੈ ਸਹੀ ਹੈ ਹਾਂ ਮਾਸ਼ਾਅੱਲਾ ਨਸੀਬ ਹੋਣੇ ਇਨਸ਼ਾਅੱਲਾ ਤੇ ਜਿਸ ਤਰ੍ਹਾਂ ਮੁਬਸ਼ਰ ਭਾਈ ਆ ਦੇ ਨੇ ਇਸ ਤਰ੍ਹਾਂ ਦੀ ਚੀਜ਼ ਤਿਆਰ ਕਰੋ ਅੱਛਾ ਬਾਕੀ ਸੰਗੀ ਬੇਲੀ ਦੋਸਤ ਕਮੈਂਟਸ ਤਾਂ ਕਰਦੇ ਨੇ ਲੇਕਿਨ ਪਤਾ ਉਸ ਨਹੀਂ ਹੁੰਦਾ ਜਿਹੜਾ ਮਾਲਕ ਖਰਚਾ ਕਰ ਰਿਹਾ ਖਰਚਾ ਕਰੀਨਾ ਪਿਆ ਹੁੰਦਾ ਔਰ ਮਾਲਕ ਦੀ ਕੁਝ ਫਰਮਾਇਸ਼ ਹੀ ਹੁੰਦੀ ਹੈ ਕੋਈ ਸਾਦੀ ਹੋਣੀ ਇਹ ਮਾਲਕ ਦੀ ਫਰਮਾਇਸ਼ ਨਾ ਹੀ ਹਾਂ ਮਾਲਕ ਨੂੰ ਪਤਾ ਹੀ ਨਹੀਂ ਬਈ ਇਹਦਾ ਕੰਮ ਕੀ ਔਰ ਲੈਂਦੇ ਕਿਉਂ ਪੈਣ ਹਾਂ ਸਹੀ ਹੈ ਹਾਂ ਜੀ ਇਹ ਅਸਾਂ ਚਾਹ ਕੇ ਗਿਨੇ ਹੈ ਬਈ ਇਹਦੇ ਨਾਲ ਨਾ ਬਹੁਤ ਸਾਰਾ ਮਾਸ਼ਾਅੱਲਾ ਇੱਕ ਮਜ਼ਾ ਬਣਵੇ ਸੀ ਇਹਦਾ ਸਪਰਿੰਗ ਜੈਨੂਇਨ ਸਪਰਿੰਗ ਕਿਉਂਕਿ ਇਸ ਚੱਲਣਾ ਸਪਰਿੰਗ ਤੇ ਅਗਰ ਸਪਰਿੰਗ ਨਹੀਂ ਤਾਂ ਇਹ ਕੰਮ ਨਹੀਂ ਗਲਤ ਕਰੇ ਸੀ ਛੋੜ ਦੇ ਸੀ ਬਸ ਬਹੁਤ ਸਾਰਾ ਮਸਲਾ ਕਰ ਸਕਦੇ ਹੈ ਤੇ ਇਹ ਮੇਰੀ ਇਤਨਾ ਜਨਾਬ ਮਾਸ਼ਾਅੱਲਾ ਲੋਡਰ ਗੇਅਰ ਲਾਇਆ ਸੀ ਚੈੱਕ ਕਰੋ ਮਜ਼ਾ ਆਇਆ ਕੜੇ ਐਟਮ ਪੈਪ ਸ਼ੈਪ ਨਵੇਂ ਲਾ ਦਿੱਤੇ ਨੇ ਵਾਸ਼ਲਾਂ ਤੇ ਕਾਬਲੇ ਆਰਿਫ ਈਦ ਵਿੱਚ ਬਹੁਤ ਗੰਦਾ ਮਾਲ ਪਾਇਆ ਹੋਇਆ ਹੈ ਯਕੀਨ ਕਰੇ ਸੋ ਇਤਨੀਆਂ ਵਾਸ਼ਲਾਂ ਕਾਬਲੇ ਗਿਨਾ ਹੈ ਬਿਲਕੁਲ ਉਹ ਤਾਂ ਸਾਰਿਆਂ ਚ ਜਾਣੀਆਂ ਪੂਰੇ ਨਹੀਂ ਹੋਏ ਹੁਣ ਬਾਹਰਾਂ ਦੀਆਂ ਵਾਸ਼ਲਾਂ ਥੋੜ ਗਈਆਂ ਬਾਕੀ ਪਾਰਟਸ ਵਾਲੀਆਂ ਕੁਝ ਮੰਗਵਾਈਆਂ ਸੀ ਵਰਨਾ ਇੱਥੇ ਤੇ ਜੈਨੂਇਨ ਨਹੀਂ ਮਿਲਦੀਆਂ ਤੇ ਸੋਹਣੀ ਸੈਟਅਪ ਦੇ ਵਿੱਚ ਖੜੇ ਇਹ ਹੁਣ ਹੈਡ ਵਾਲੇ ਕਾਬਲੇ ਨਾ ਇੱਕ ਨੂੰ ਵੀ ਬੁਸ਼ ਕੋਨੀ ਲੱਗਾ ਹੋਇਆ ਔਰ ਇੱਕ ਵੀ ਸਟੱਡ ਕੋਨੀ ਤੋੜੋ ਤੋੜ ਜੈਨੂਇਨ ਲੈਨ ਖੜੀ ਹੈ ਮਲਿਕ ਕੀ ਖਿਆਲ ਹੈ ਪੰਪ ਡੀਜ਼ਲ ਪੰਪ ਕੋਨੇ ਸੇ ਕਰਵਾਇਆ ਕਿਉਂਕਿ ਡੀਜ਼ਲ ਪੰਪ ਦੇ ਇੱਥੇ ਕੋਈ ਕਾਬਿਲ ਕਾਰੀਗਰ ਕੋਨੀ ਬਸ ਕੇ ਪੰਪ ਕਰਵਾਉ ਨਾ 15-20 ਹਜ਼ਾਰ ਜ਼ਾਇ ਲਗਾਵੇ ਮਾਲਿਕ ਸਾਹਿਬ ਨੂੰ ਆਖੇ ਵੀ ਇਸ ਨੂੰ ਚੈੱਕ ਕਰੀਨੇ ਪਏ ਚੈੱਕ ਕਰਨ ਦੇ ਬਾਅਦ ਹੀ ਜਿਹੜੀ ਰੂਟੀਨ ਹੋ ਸੀ ਤੇ ਕੁਦੇ ਸਹਿ ਸੁ ਮੈਂ ਕਿਆ ਪੰਪ ਕਰਾਉਣਾ ਹੈ ਕਿਆ ਨਹੀਂ ਕਰਾਉਣਾ ਮੁਮਕਿਨ ਹੈ ਠੀਕ ਹੋਵੇ ਠੀਕ ਹੋਵੇ ਹਾਂ ਜੀ ਉਮੀਦ ਹੈ ਠੀਕ ਹੋ ਸੀ ਬਿਲਕੁਲ ਤੇ ਨਿਊਜ਼ੀਲੈਂਡ ਨਵੀਆਂ ਲਵਾਈਆਂ ਸੇ ਯੂਕਰੇਨ ਦੀਆਂ ਗਿਨ ਕੇ ਆਇਆ ਸੀ ਚਾਰੇ ਨਿਊਜ਼ੀਲੈਂਡ ਨਸਰ ਭਾਈ ਲਵਾ ਗਿਨਾਏ ਪੰਜ ਗਿਰਾਈ ਦੇ ਵਿੱਚ ਗਏ ਯਾਰਾਂ ਦੋਸਤਾਂ ਨਹੀਂ ਮਿਲਣ ਤੇ ਜਨਾਬ ਹਾਂ ਜੀ ਅੱਛਾ ਇਹ ਪੈਪ ਨੂੰ ਕੱਟ ਕੇ ਅਸੀਂ ਇੱਥੇ ਟਿੱਕੀ ਲਾ ਦੇਣੀ ਕਿਉਂਕਿ ਅਗਰ ਕਦਾਈ ਇੱਥੋਂ ਹਵਾ ਛਿਗੀ ਦੋਸਤ ਨਾ ਇੰਜਣ ਫੌਰੀ ਗਿਆ ਇਹਨੂੰ ਖੋਲ੍ਹ ਕੇ ਇੱਥੇ ਟਿੱਕੀ ਲਾ ਦਿੱਸਾਂ ਕਿਉਂਕਿ ਸਾਨੂੰ ਇਹਦੀ ਨਹੀਂ ਜ਼ਰੂਰਤ ਇਹ ਕਿਸ ਵਾਸਤੇ ਆਉਂਦਾ ਹੈ ਬੂਸਟਰ ਨੂੰ ਹਵਾ ਦੇਵਣ ਵਾਸਤੇ ਹਾਂ ਜੀ ਅਤੇ ਇਹ ਵਾਤ ਅਸਾਂ ਕੱਟ ਗਏ ਸਾਂ ਅੱਛਾ ਇਹ ਦੇ ਜਨਾਬ ਹਨ ਪਰ ਲੋਹੇ ਦੇ ਪਰਾਂ ਚਾਹੇ ਚਾਹੇ ਬਾਅਦ ਵਿੱਚ ਲੱਗੇ ਚਾਹੇ ਕੰਪਨੀ ਵਾਲੇ ਕੰਪਨੀ ਦੇ ਕੁਝ ਮਾਡਲਾਂ ਦੇ ਵਿੱਚ 95 ਚ ਲੋਹੇ ਦੇ ਆਏ ਨੇ ਕੁਝ ਦੇ ਵਿੱਚ ਪਲਾਸਟਿਕ ਦੇ ਆਏ ਦੋਹੇ ਤਰ੍ਹਾਂ ਦੇ ਨਾ ਆਏ ਨੇ ਅਤੇ ਬਕਾਇਆ ਜਨਾਬ ਮਾਸ਼ਾਅੱਲਾ ਚੈੱਕ ਕਰੋ ਇਹ ਵਨ ਪੋਜੀਸ਼ਨ ਹੈ ਆਗਾ ਮਾਗਾ ਫਿੱਟ ਕਰ ਦਿੱਤਾ ਹੈ ਅਤੇ ਹੁਣ ਅੱਗੋਂ ਇੱਕ ਹੱਬ ਪਾਉਣਾ ਹੈ ਸਫਾਈਆਂ ਮੱਲੇ ਕਾਰਿਫ ਦੀਆਂ ਚੈੱਕ ਕਰੋ ਮਾਸ਼ਾਅੱਲਾ ਬੜੀ ਸੋਹਣੀ ਬੜੀ ਮਿਹਨਤ ਕਰਦਾ ਮੱਲੇ ਕਾਰਿਫ ਮਿਹਨਤ ਕੋਈ ਸ਼ੱਕ ਨਹੀਂ ਮਿਹਨਤ ਹੈ ਮੱਲੇ ਕਾਰਿਫ ਦੀ ਨਾ ਬੜੀਆਂ ਮਿਹਨਤ ਹੈ ਗੋਲੀ ਖਰਾਬ ਨਾ ਥੀਵੇ ਖੂਬਸੂਰਤ ਹਾਂ ਜੀ ਤੇ ਇਹਦੀ ਨਿਕਸੁਕ ਇਨਸ਼ਾਅੱਲਾ ਜਿਹੜੀ ਹੈ ਨਾ ਉਹ ਸਾਰੀ ਕੁਝ ਨਾਲ ਦੇ ਨਾਲ ਥੀਂਦੀ ਆਉਂਦੀ ਹੈ
ਤੇ ਅੱਜ ਹੁਣ ਆਰਿਫ ਕੀ ਕੰਮ ਰਾਏਗੀ ਸਟੀਅਰਿੰਗ ਅਸੈਂਬਲੀ ਰੇਡੀਏਟਰ ਸਟੀਅਰਿੰਗ ਅਸੈਂਬਲੀ ਸਟੀਅਰਿੰਗ ਅਸੈਂਬਲੀ ਤੇ ਰੇਡੀਏਟਰ ਰੇਡੀਏਟਰ ਬਣ ਕੇ ਆਇਆ ਪੇ ਵਾਸ਼ ਸਰਵਿਸ ਹੋ ਕੇ ਜਿੱਥੇ ਕਿਦਾਂ ਕੋਈ ਟਾਂਕਾ ਮਾਂਕਾ ਲੱਗਣ ਵਾਲਾ ਹਾਈ ਉਹ ਲੱਗ ਕੇ ਬਾਹਰ ਆਇਆ ਪੇ ਸਵੇਰੇ ਉਹਨੂੰ ਰੰਗ ਕਰਕੇ ਤੇ ਜਨਾਬ ਲਾ ਦੇ ਸਾਂ ਰੇਡੀਏਟਰ ਦੇਸੀ ਆਈ ਵਲੈਤੀ ਜੈਨਵਨ ਨਾਹੀ ਬਸ ਜੇ ਸ਼ੈ ਇਨਸ਼ਾਅੱਲਾ ਜਿਵੇਂ ਆਈ ਹੈ ਉਹਦਾ ਆਖਿਰ ਸ਼ੁਰੂ ਤੋਂ ਐਂਡ ਤੱਕ ਇੱਕ ਸਬੂਤ ਹੋ ਗਈ ਹੁਣ ਪੈਪ ਦੇਖੋ ਜੈਨਵਨ ਪੈਪ ਇਸ ਪੈਪ ਲਾਇਆ ਸੀ ਮਲਿਕ ਚੈੱਕ ਕਰ ਡਿਠਾ ਹੀ ਨਾ ਖਾਲਿਸ ਅਸਲ ਚੀਜ਼ ਔਰ ਪੁਰਾਣੇ ਮਾਡਲ ਬਹੁਤ ਆਲਾ ਚੀਜ਼ ਹੈ ਅਤੇ ਹਾਈਡਰਾਲਿਕ ਪੰਪ ਇਹਦਾ ਆਪਣਾ ਸਟੋਕ ਪੰਪ ਹੈ ਅਤੇ ਮਜ਼ੀਦ ਜਨਾਬ ਚੈੱਕ ਕਰੋ ਇਹਦਾ ਰੇਸ ਵਾਲਾ ਸਿਸਟਮ ਨਵਾਂ ਲਾਇਆ ਸੀ ਕਿਉਂਕਿ ਇਹ ਪਹਿਲੇ ਤੋਂ ਹਾਈ ਵੀ ਕੋਨ ਸਾਰਾ ਟੋਟਲ ਨਾ ਇਵੇਂ ਵਿਗੜਿਆ ਹੋਇਆ ਮਾਲ ਹੁੰਦਾ ਮਜ਼ਾ ਬਣਾ ਖੜਿਆ ਜ਼ਿਆਦਾਤਰ ਨਹੀਂ ਯਾਰ ਮੈਂ ਤਾਂ ਆਦਾਂ ਤੂੰ 95 ਆਦਾ ਨਾ 15 ਮਾਡਲ ਹੀ ਖੋਲ ਗਿਨ ਵਿੱਚੋਂ ਤੇ ਕੋ ਬਹੁ ਕਮ ਆਈਟਮ ਮਿਲਣਾ ਹਾਂ ਬਿਲਕੁਲ ਜਿਹੜਾ ਆਈਟਮ ਅੱਧ ਖਾਦਾ ਪੀ ਹੁਣ ਬ੍ਰੇਕ ਐਕਸਲ ਹੈ ਉਹਦਾ ਮੇਨ ਵੱਡਾ ਡੰਡਾ ਠੀਕ ਪਏ ਜਿਹੜਾ ਗਰਾਰੇ 'ਚ ਲੱਗਦਾ ਹੈ ਜਿਹੜਾ ਵਿੱਚ ਪਾਉਂਦਾ ਪਏ ਸਟਾਰ ਦੇ ਅਗਰ ਉਹ ਖਾਧਾ ਪਏ ਅੱਧ ਤੋਂ ਜ਼ਿਆਦਾ ਢਿੱਲਾ ਹੋਇਆ ਪਏ ਉਹਦੇ ਕੀ ਬਚਿਆ ਉਸਨੂੰ ਕੀ ਕਰਨਾ ਇਹ ਨਾ ਇਹੋ ਜਿਹੀਆਂ ਚੀਜ਼ਾਂ ਲੋਕ ਨਹੀਂ ਮੰਨਦੇ ਹੁਣ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਨਸਰ ਵਾਲੇ ਡਾਕਟਰ ਦਾ ਬੰਦਾ ਆਉਂਦਾ ਪਿਆ ਕਿ ਤੁਸਾਂ ਜਨਾਬ ਨਾ 500 ਡਾਗ ਇਨ ਗਿਨਵਾ ਤੋਂ ਕੋਈ ਸੇ 12 ਲੱਖ ਮਿਲ ਵਾਂਗੇ ਅਤੇ ਤੁਸਾਂ ਇੱਕ ਸੀ ਗਿਣਾਏ ਵੇ 14.5 ਦਾ 14.25 ਦਾ ਤੁਹਾਡਾ ਦਿਮਾਗ ਖਰਾਬ ਤਾਂ ਨਾ ਹੀ ਉਹ ਬੱਚਾ ਨਾ ਮਾਰਕੀਟ 'ਚ ਅਜਿਹਾ ਤਾਈਂ ਕੋ ਨਹੀਂ ਆਇਆ ਘਰ ਵੱਧ ਜਲੇ ਮਾਰਕੀਟ 'ਚ ਆਸੀ ਨਾ ਪਤਾ ਲੱਗ ਸੀ ਅਤੇ ਮਾਰਕੀਟ ਹੀ ਵਧਾਈ ਇੰਨਾ ਖੁਦ ਹੁਣ 13 ਲੱਖ ਅਤੇ 95 ਕੀ ਬੱਚਾ ਖੜਾ ਜਿਹੜਾ 13 ਲੱਖ ਦਾ ਗਿਣਦੇ ਪਏ ਦੀਵਣ ਵਾਲਾ 100 ਕਸਮਾਂ ਕਰਾਉਣ ਚਾਹ ਕੇ ਉਹ ਆਦੇ ਮੈਂ ਤਾਂ ਹੁਣੇ ਇੰਜਣ ਕਰਾਏ ਨਵਾਂ ਗੇਅਰ ਹੈ ਮੇਡ ਇਨ ਬੈਲਾਸ ਦਾ ਮਾਲ ਹੈ ਜਲੇ ਉਹ ਇੱਥੇ ਆ ਕੇ ਖੁੱਲਦੇ ਸਾਰਾ ਡੈਨਵਰ ਦਾ ਮਾਲ ਹੁੰਦਾ ਸਾਢੇ 10 ਲੱਖ ਤੋਂ ਲੈ ਕੇ 16 ਲੱਖ ਰੇਡੀਏਟਰ ਬਲੈਤੀ ਪਵੇ ਸੀ ਨਾ 80,000 ਲੈ ਸੀ ਟਾਇਰ ਪੈਸੇ ਬੈਟਰੀ ਪੈਸੇ ਸਲਬ ਜਨਰੇਟਰ ਕਰੇ ਸੀ ਬਸ ਇੰਜਣ ਡਾਊਨ ਹੈ ਇੰਜਣ ਕਰੇ ਸੀ ਪੰਪ ਡਾਊਨ ਹੈ ਪੰਪ ਕਰੇ ਸੀ ਤੇ ਗੇਅਰ ਦਾ ਕੰਮ ਆ ਗਏ ਗੇਅਰ ਦਾ ਕਰਾਈ ਪਰ ਵਾਂਡੇ ਦਾ ਆ ਗਏ ਪਿੱਛੇ ਕੀ ਬਚ ਗਿਆ ਬਾਬਾ ਇੱਥੇ ਜਿਹੜਾ 5 ਸਾਲ ਚੱਲ ਪੈਂਦਾ ਨਾ ਤੇ ਰੂਸ 40 ਸਾਲ ਚੱਲ ਪੈਂਦਾ ਉਹ ਗੱਡੀ 20 ਰੁਪਈਏ ਸਾਡੀ ਕੱਖ ਹੀ ਨਹੀਂ ਰਿਹਾ ਚਲਾਵਣ ਦੀ ਤਮੀਜ਼ ਹੀ ਕਹਾਣੀ ਜਿਹੜੇ ਟਾਪ ਵਿੱਚ 8ਵਾਂ ਕਰੀਂਦਾ ਨਾ ਸੈਂਕੜਾ ਡਰਾਈਵਰ ਮੈਂ ਟਰਾਲੀ ਦੇ ਉੱਤੇ ਦੇ ਦਾਂ ਕਿ ਉਹਨਾਂ ਦੇ ਕੋਲ ਟਾਪ ਤੋਂ 8ਵਾਂ ਨਾ ਆਈ ਗਈ 8ਵੇਂ ਚੋਂ 6ਵਾਂ ਨਾ ਆਈ ਗਈ ਨਾ ਕਿਉਂਕਿ ਉਹਨਾਂ ਕੋਲ ਚੱਕਰ ਮਿਲਾਉਣ ਦੇ ਨਹੀਂ ਪਤਾ ਬੈਲੈਂਸ ਡਾਊਨ ਕਰ ਸੀ ਤੋਂ ਡਾਊਨ ਹੋ ਸੀ ਨਾ ਸਪੀਡ ਡਾਊਨ ਨਾ ਹੋਵੇ ਤਾਂ ਪਹਿਲੀ ਵਾਰ ਛਿੱਕਦੇ ਰਾਂ
ਬਿਲਕੁਲ ਸਪੀਡ ਜਿਤਨੀ ਹੋਵੇ ਆਰਿਫ ਤੂੰ ਪੁੱਛ ਕਿਤਨਾ ਟਾਪ ਦੇ ਵਿੱਚੋਂ ਅੱਠਵਾਂ ਮਾਰ ਕੇ ਝਲੀ ਲਿਆ ਸੀ ਟਰਾਲੇ ਕੋ ਬਿਲਕੁਲ ਬ੍ਰੇਕ ਤਾਂ ਨਹੀਂ ਥਨਾਈ ਕੰਮ ਆਰਿਫ ਨੂੰ ਮਹਿਸੂਸ ਨਹੀਂ ਥਿੰਦਾ ਬਈ ਗੇਅਰ ਵਿੱਚ ਲੱਗਾ ਜਾਂ ਨਹੀਂ ਲੱਗਾ ਕਿਉਂਕਿ ਉੱਥੇ ਇੱਕ ਤਜਰਬਾ ਦੂਜੀ ਥੋੜੇ ਚੁਸਤੀ ਦੇ ਨਾਲ ਢਿੱਲਾ ਨਹੀਂ ਥੀਵਣਾ ਢਿੱਲਾ ਥੀਏ ਜਾਂ ਚੱਕਰ ਚੁੱਕ ਗਏ ਨਾ ਹੀ ਕਰ ਨਹੀਂ ਲੱਗਦੇ ਨਹੀਂ ਵਾਤ ਜੇ ਤੇ ਗੱਡੀ ਖੜੇ ਸੇ ਨਹੀਂ ਜਾਂ ਉਸ ਨੂੰ ਜ਼ੋਰ ਤੇ ਛਿਕੇ ਸੇ ਨਹੀਂ ਗੇਅਰ ਨਹੀਂ ਲੱਗਦਾ ਇਹ ਗੱਲ ਹੈ ਨਾ ਇਹ ਕੋ ਕਾਰ ਨਹੀਂ ਮੈਂ ਪਿੱਛਾ ਵੈਂਦੀ ਪਈ ਅਗਲਾ ਗੇਅਰ ਲਾ ਦੇ ਅੱਗਾਂ ਵੈਂਦੀ ਪਈ ਪਿਛਲਾ ਲਾ ਦੇ ਤੇ ਕੰਮ ਚੱਲ ਐਸੀ ਕਿਉਂਕਿ ਕਲਚ ਪਲੇਟ ਘੁੰਮਦੀ ਖੜੀ ਹੈ ਢਾਂਚੇ ਇਸ ਢਾਂਚੇ ਨੂੰ ਕੋਈ ਮਿਆਰ ਹਿਸਾਬ ਦੇ ਨਾਲ ਚਲੈ ਸੋ ਤੇ ਇਨਸ਼ਾਅੱਲਾ ਇਹ ਬਹੁਤ ਵਕਤ ਚੱਲਦੇ ਹਨ ਬਰਬਾਦ ਕਰੋ ਤੇ ਚੰਦ ਮਹੀਨੇ ਲੱਗਦੇ ਔਰ ਤੂੰ ਬੰਦੇ ਬਰਬਾਦ ਕਨਾੜੀ ਮਿਸਤਰੀ ਨਸਰ ਕੱਲ ਫਿਲਟਰ ਫਿੱਟ ਕਰੀਂਦੇ ਪਿਆ ਸੀ ਨਾ ਇਹਦੀ ਕੁਟਾਈ ਚੈੱਕ ਕੀਤੀ ਆ ਵੀ ਜਿਹੜਾ ਜੈਨ ਉਤਰਾ ਪਿਆ ਸੀ ਇਹ ਕੁਟਾਈ ਹੋਈ ਪਈ ਆਈ ਇਹ ਦੋ ਇਹਦੀ ਹੋਈ ਪਈ ਆਈ ਫਿਲਟਰ ਤੇ ਇਹਦੀ ਕਸਮ ਕਰਕੇ ਕੁਟਾਈ ਆਈ ਨਾ ਇਵੇਂ ਲੱਗਦਾ ਹੈ ਵੀ ਉਦ ਉੱਤੇ ਕੋਈ ਲੋਹਾ ਬਣਾਉਂਦੇ ਰਹੇ ਜਿਵੇਂ ਚੀਜ਼ ਕੁੱਟਣ ਵਾਲੀ ਨਾ ਰੱਖੀ ਪਏ ਹੁੰਦੇ ਇਸੇ ਤਰ੍ਹਾਂ ਫਿਲਟਰ ਦਾ ਹਾਲ ਕੀ ਆ ਫਿਰ ਉਸ ਖਾਲੀ ਜੈਨ ਪੱਟੇ ਕਈ ਸਾਲ ਪਹਿਲੇ 95 ਗੱਡੀ ਦਾ ਜ਼ੀਰੋ ਸ਼ਾਇਦ ਖੁੱਲੀ ਹੋ ਸੀ ਪਹਿਲੀ ਦਫ਼ਾ ਖੁੱਲੇ ਤੇ ਜੈਨ ਪੱਟੀ ਦਾ ਦੂਜੀ ਦਫ਼ਾ ਵਾਲਾ ਜੈਨ ਦਾ ਆਮ ਜੈਨ ਅੱਛਾ ਚਾਹੇ 2 ਸਾਲਾਂ ਬਾਅਦ ਹੀ ਖੁੱਲ੍ਹਾ ਨਾ ਅਤੇ ਉਹ ਮਿਸਤਰੀ ਸਾਹਿਬ ਦੇ ਹੁਣ ਦੇਖਣਾ ਹਿਸਾਬ ਕਿਤਨੀ ਕੁਟਾਈ ਚਾੜ ਕੇ ਹਿੱਕ ਜੈਨ ਕਿਤਨਾ ਬੁਰਾ ਲੱਗਦਾ ਪਿਓ ਲੀਕ ਕਰੇ ਸੀ ਬੁਰਸ਼ ਲੱਗਣਾ ਨਿੱਕਾ ਬੇਬੀ ਗ੍ਰੈਂਡਰ ਰੱਖ ਇਵੇਂ ਇੱਕ ਬੱਚੇ ਨੂੰ ਦੇ ਦਿਓ ਬੱਚਾ ਤੋੜੋ ਤੋੜ ਤੈਨੂੰ ਸਾਫ਼ ਕਰ ਦੇ ਕੀ ਕਿਹਾ ਬਸ ਕੋਈ ਦੋਨਾਂ ਦੀ ਵੀ ਆਉਂਦੀ ਹੈ ਕੁਝ ਮਾਲਕ ਵੀ ਆ ਰਹੇ ਨੇ ਜਲਦੀ ਕਰਾਇਆ ਜੀ ਮੇਰਾ ਕੰਮ ਪਿੱਛੇ ਰੁਕਿਆ ਨੇ ਹਾਂ ਬਿਲਕੁਲ ਉਹ ਬਾਰਾ ਸਾਡੇ ਕੋਲ ਹੀ ਆਉਂਦੇ ਪਏ ਵਾਜ਼ੇ ਮਾਲਕ ਨੂੰ ਆਦੇ ਸਾਡੇ ਕੋਲ ਇਵੇਂ ਨਾ ਆਣੇ ਠੀਕ ਹੈ ਨਾ ਵਕਤ ਗਿਣ ਕੇ ਆਵੇਂ ਇਵੇਂ ਨਾ ਆਵੇਂ ਹੋਰ ਆਪਣਾ ਵਾਲੇ ਅਸਾਂ ਹੈ ਵੀ ਨੇ ਉਥੋਂ ਕਰਾ ਕੇ ਨੇ ਜਿਹੜਾ ਆਪਣੇ ਸ਼ਹਿਰ ਮਿਸਤਰੀ ਦਾ ਕਿਉਂਕਿ ਵਕਤ ਹੋਵੇ ਨਾ ਇਹ ਵਕਤ ਲੱਗ ਬੰਦਾ 5 ਘੰਟਾ ਬਾਅਦ ਉਹਦੇ ਬਾਅਦ ਹੀ ਕੰਮ ਕਰਨ ਦੇ ਕਾਬਿਲ ਨਹੀਂ ਰਹਿੰਦਾ ਉਹਦਾ ਦਿਮਾਗ ਦਿਮਾਗ ਸਿਰਫ ਚੱਲਦਾ 5 ਘੰਟੇ 5 ਘੰਟੇ 24 ਘੰਟਿਆਂ ਦੇ ਵਿੱਚ 5 ਘੰਟੇ ਇਸਤੇਮਾਲ ਕਰੋ ਦਿਮਾਗ ਨੂੰ ਵੱਧ ਉਸਨੂੰ ਫਰੈਸ਼ ਕਰੋ ਵਰਨਾ ਇਹ ਕੰਮ ਨਹੀਂ ਚੱਲਣਾ ਤੂੰ ਕਿਥਾਂ ਕੱਪ ਟੁੱਕ ਕੇ ਗੰਦਾ ਮੁੰਦਾ ਕਾਬਲਾ ਵਾਸ਼ਲ ਅਤੇ ਠੋਕਣਾ ਇਵੇਂ ਹਾਂਜੀ ਤੇ ਹੋਰ ਨਸਰ ਯਾਦ ਕਹਿ ਰਹੇ ਬਿਲਕੁਲ ਬਿਲਕੁਲ ਠੀਕ ਠਾਕ ਹੀ ਵੇ ਮਲਕ ਆਰਫ ਕਿਸਮਤ ਕਰ ਰਿਹਾ 2-3 ਦਿਨ ਹੋ ਗਿਆ ਕੀ ਬਾਤ ਹੈ ਮਾਸ਼ਾਅੱਲਾ ਸਾਰੇ ਸੰਗੀਤ ਵਾਲੀ ਮਲਕ ਆਰਫ ਤੋਂ ਬੜਾ ਪੁੱਛਦੇ ਰਹਿੰਦੇ ਸਹੀ ਹੈ ਮਲਕ ਆਰਫ ਤੇ ਇੱਕ ਫੇਵਰੇਟ ਹੈ ਨਾ ਫੇਵਰੇਟ ਹੈ ਇਹਦੀ ਆਵਾਜ਼ ਇਹਦਾ ਬੋਲਣ ਦਾ ਸਟਾਈਲ ਬੜੀ ਮਿੱਠੀ ਜਿਹੀ ਦੀ ਹੈ ਕੋਈ ਸ਼ੱਕ ਨਹੀਂ ਔਰ ਜਿਹੜੀ ਹੈ ਨਾ ਇੱਕ ਇਮਾਨਦਾਰ ਬੰਦਾ ਹਾਂ ਇਮਾਨਦਾਰ ਬੜੇ ਲੋਕ ਚਾਹੁੰਦੇ ਨੇ ਔਰ ਇਮਾਨਦਾਰ ਹੀ ਚਾਹੁੰਦੇ ਹਾਂ ਮੁਖਲਿਸ ਤੇ ਜਿਹੜਾ ਬੰਦਾ ਜਿਸ ਮਿਆਰ ਦਾ ਨਾ ਉਸੇ ਮਿਆਰ ਦੇ ਅੱਗੇ ਉਸ ਨੂੰ ਬੰਦੇ ਮਿਲਦੇ ਕੀ ਖਿਆਲ ਹੈ ਹਾਂ ਹੁਣ ਤਿੰਨ ਹਜ਼ਾਰਾਂ ਲੋਕ ਚਾਹੁੰਦੇ ਨੇ ਨੰਬਰ ਮੰਗਦੇ ਪਏ ਨੇ ਕਹੇ ਇੱਕ ਨੂੰ ਹੀ ਨਹੀਂ ਦਿੰਦਾ ਪਿਆ ਖਰਚਾ 6000 ਯਾਰ ਕੋਈ ਇੱਕ ਨੂੰ ਕਾਲ ਆਵਣ ਸੀ ਤੇ ਕਿਆ ਪੀ ਵੇ ਮਾਸ਼ਾਅੱਲਾ ਜੀ ਗੱਡੀ ਨਸੀਬ ਹੋਵੇ ਮੋਲ ਸਾਹਿਬ
ਬੜੀ ਪਿਆਰੀ ਗੱਡੀ ਤਿਆਰ ਹੋ ਰਹੀ ਹੈ ਔਰ ਬੜੀ ਮਿਹਨਤ ਨਾਲ ਹੋ ਰਹੀ ਹੈ ਮਾਸ਼ਾਅੱਲਾ ਅੱਲਾ ਜੀ ਰਾਤ ਕਾਮਯਾਬ ਕਰੇ ਨਾਨ ਜੀ ਤੋਂ ਨਾਨ ਦੀ ਨਸੀਬ ਕਰੇ ਇਨਸ਼ਾਅੱਲਾ ਤੇ ਬਕਾਇਆ ਉਸਤਾ ਜੀ ਹਰ ਇੱਕ ਚੀਜ਼ ਮਾਸ਼ਾਅੱਲਾ ਫਿਟ ਹੈ ਅਲਹਮਦੁਲਿਲਾ ਬਹੁਤ ਅੱਛੀ ਹਾਂ ਜੀ ਬਹੁਤ ਸਾਦੀ ਮਿਹਨਤ ਮਾਸ਼ਾਅੱਲਾ ਦੇਖ ਠੀਕ ਹੈ ਜਨਾਬ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਹਾਂ ਜੀ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਕਮੈਂਟ ਲਾਈਕ ਸ਼ੇਅਰ ਕੀਤੀ ਕਰੋ ਵੀਡੀਓ ਸਾਰੇ ਦੋਸਤ ਜਿਹੜਾ ਹਾਂ ਜੀ ਤੇ ਆਰਫ ਹੁਣ ਜਿਹੜਾ ਨਾ ਕਮੈਂਟਸ ਵਿੱਚ ਆਪਣਾ ਦੱਸਿਆ ਕਰੋ ਬਾਏ ਅੱਗੋਂ ਕੀ ਇਸ ਨੂੰ ਕਰਨਾ ਚਾਹੀਦਾ ਕੀ ਨਹੀਂ ਕਰਨਾ ਹਾਂ ਆਉਣ ਵਾਲੀ ਲਾਈਕ ਠੀਕ ਹੈ ਜੀ ਅੱਲਾ ਅੱਲਾ ਹਾਫਿਜ਼।